अगर आप हमारे चैनल पर नए हैं तो चैनल को सब्सक्राइब कर लीजिए और बेल आइकन पर क्लिक करके को ऑन कर लीजिए फॉर फ्यूचर अपडेट्स के लिए हेलो फ्रेंड्स आप जी का यूट्यूब चैनल विच बहुत बहुत स्वागत है सो so, अजी वीडियो अं डिस करा कि जो पाबाब पब्लिक सर्विस कमिशन दिफरेंट पोस्टा निकलिया है अंडर डिफरेंट डिपार्टमेंट्स जब तुम देख सकते हो जूनियर इंजीनियरिंग इलेक्ट्रीकल कलर्क दिकलिया है ठीक है जो तेरह पोस्ट है पच्ची पोस्ट है ਸੋ ਜੂਨੀਅਰ ਇੰਜੀਨੀਅਰ ਸਿਵਲ ਦੀਆਂ ਨਿਕਲੀਆਂ ਹੋਈਆਂ ਇਹਦੇ ਵਿੱਚ ਡਿਫਰੈਂਟ ਡਿਫਰੈਂਟ ਪੋਸਟਾਂ ਤੁਸੀਂ ਦੇਖ ਸਕਦੇ ਹੋ ਇਹਦੇ ਲਈ ਆਨਲਾਈਨ ਰਜਿਸਟਰ ਤੁਸੀਂ ਕਿਵੇਂ ਕਰਨਾ ਹੈ ਇਹ ਸਾਰਾ ਪ੍ਰੋਸੈਸ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਪ੍ਰੋਵਾਈਡ ਕਰੂੰਗਾ ਇਨਕਲੂਡਿੰਗ ਇਹ ਵਾਲਾ ਜਿਹੜਾ 에ਰਰ ਤੁਸੀਂ ਮੈਕਸਿਮਮ ਦੇਖਦੇ ਹੋ ਵੈਬਸਾਈਟ ਦੇ ਵਿੱਚ ਆਂਦਾ ਹੈ ਠੀਕ ਹੈ ਜੀ ਸੋ ਤੁਸੀਂ ਕਰਨਾ ਹੈ ਡਾਇਰੈਕਟਲੀ ਐਡਰੈਸ ਬਾਰਸ ਇਹ ਵਾਲਾ ਜਿਹੜਾ ਐਡਰੈਸ ਹੈ ਤੁਸੀਂ ਟਾਈਪ ਕਰ ਦੇਣਾ Google ਤੇ ਸਰਚ ਨਾ ਕਰਿਓ Google ਤੇ ਸਰਚ ਕਰੋਗੇ ਤਾਂ ਡਾਇਰੈਕਟਲੀ ਇਹ 에ਰਰ ਆਂਦਾ ਹੈ ਇਹ ਕਰਨ ਤੋਂ ਬਾਅਦ ਤੁਸੀਂ ਇਸ ਸਪੇਸ ਤੇ ਆ ਜਾਓਗੇ ਉਸ ਤੋਂ ਬਾਅਦ ਤੁਸੀਂ ਕਲਿੱਕ ਕਰਨਾ ਹੈ ਓਪਨ ਐਡਵ ਸੋ ਇਹਦੇ ਵਿੱਚ ਇਹ ਆਪਾਂ ਪੋਸਟਾਂ ਵਾਸਤੇ ਲਿਖਣਾ ਜਿਨ੍ਹਾਂ ਦਾ ਲਿੰਕ ਅਜੇ ਇਨੇਬਲ ਹੋਇਆ ਹੈ ਤੁਸੀਂ ਅਪਲਾਈ ਵੀ ਉਤੇ ਕਲਿੱਕ ਕਰ ਦੇਣਾ 올ਓਵਰ ਸਾਰਿਆਂ ਦਾ ਪ੍ਰੋਸੈਸ ਸੇਮ ਹੀ ਰਹੂਗਾ ਇਸ ਕਰਕੇ ਆਪਾਂ ਸਾਰੀਆਂ ਪੋਸਟਾਂ ਠੀਕ ਹੈ ਤੁਸੀਂ ਉਸ ਦੇ ਅਕੋਰਡਿੰਗ ਲਿਖ ਲੈਣਾ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆਂਦੀ ਹੈ ਤੋ ਜੀ ਸਾਨੂੰ WhatsApp ਤੇ ਜਾਂ Telegram ਤੇ ਫੋਲੋ ਕਰਕੇ ਆਲਸੋ ਇਨ Instagram ਫੋਲੋ ਕਰਕੇ ਆਪਣੀ ਪ੍ਰੋਬਲਮਸ ਦਾ ਸੋਲੂਸ਼ਨ ਲੈ ਸਕਦੇ ਹੋ ਸਾਡੇ ਥਰੂ ਫਾਰਮ ਫਿਲ ਕਰਾਉਣਾ ਹੈ ਕਰੈਕਸ਼ਨਸ ਵੈਰਾ ਕਰਾਉਣੀ ਹੈ ਰਿਕਵਰੀ ਵੈਰਾ ਕਰਾਉਣੀ ਹੈ ਉਹਦੇ ਲਈ ਵੀ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਬਾਕੀ ਸਾਰੀ ਡੀਟੇਲ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗੀ ਤਾਂ ਚਲੋ ਦੇਖਦੇ ਹਾਂ ਕਿਵੇਂ ਪੋਸਟਾਂ ਵਾਸਤੇ ਅਪਲਾਈ ਕਰਨਾ ਹੈ ਅਪਲਾਈ ਵੀਊ ਦਾ ਲਿੰਕ ਇੱਥੇ ਇਨੇਬਲ ਹੈ ਤੁਸੀਂ ਇੱਥੇ ਕਲਿੱਕ ਕਰ ਦੇਣਾ ਜਦੋਂ ਤੁਸੀਂ ਕਲਿੱਕ ਕਰੋਗੇ ਨੈਕਸਟ ਪੇਜ ਓਪਨ ਹੋਊਗਾ ਉਹਦੇ ਵਿੱਚ ਡੀਟੇਲਸ ਹੋ ਗਈਆਂ ਕਿ ਤੁਸੀਂ ਅਗਰ ਫੀਸ ਪੇ ਕਰਨੀ ਹੈ ਜਾਂ ਫੀਸ ਪੇ ਹੋ ਗਈ ਹੈ ਕਿਉਂ ਨਾਲ ਦੀ ਹੈਲਪਲਾਈਨ ਵੈਰਾ ਸਾਰੇ ਕੁਝ ਇਹਨਾਂ ਨੇ ਉਹਦੇ ਵਿੱਚ ਐਕ ਸੁਇਸਾਰੀ ਜਿੰਨੀ ਵੀ ਡਿਟੇਲ ਮੈਂ ਤੁਹਾਨੂੰ ਇੱਥੇ ਦੱਸ ਦਿੰਦਾ ਕਿ ਤੁਸੀਂ ਫਿਲ ਕਰਦੇ ਹੋ ਐਕੂਰੇਟਲੀ ਫਿਲ ਕਰਿਓ ਗਲਤੀਆਂ ਵੈਰਾ ਨਾ ਕਰਿਓ ਬਿਕਾਜ਼ ਇਹਨਾਂ ਦੀ ਜਿਹੜੀ ਰਿਕਵਰੀ ਹੈ ਉਹ ਨਹੀਂ ਹੁੰਦੀ ਆਈ ਅਗੇਨ ਰਿਪੀਟ ਇਹਨਾਂ ਦੇ ਫਾਰਮ ਜੀ ਰਿਕਵਰੀ ਨਹੀਂ ਹੁੰਦੀ ਇੱਕ ਵਾਰ ਫਾਰਮ ਫਿਲ ਹੋ ਗਿਆ ਤਾਂ ਹੋ ਗਿਆ ਉਹਦੇ ਲਈ ਤੁਹਾਨੂੰ ਕਰੈਕਸ਼ਨਸ ਵਾਸਤੇ ਸਿੱਧਾ ਉੱਥੇ ਜਾਣਾ ਪੈਂਦਾ ਹੈ ਬੋਰਡ ਇਹਨਾਂ ਦੇ ਆਈ ਥਿੰਕ ਪਟਿਆਲਾ ਇਹਨਾਂ ਦਾ ਹੈਗਾ ਜੀ ਬੋਰਡ ਜਿੱਥੋਂ ਇਹ ਸਾਰਾ ਕੁਝ ਹੈਂਡਲ ਵੈਰਾ ਕਰਦੇ ਨੇ ਤੁਸੀਂ ਉੱਥੇ ਜਾਣਾ ਹੈ ਉੱਥੇ ਜਾ ਕੇ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਰਵਾਉਣਾ ਹੈ ਉਸ ਤੋਂ ਬਾਅਦ ਜੀ ਆਰ ਡਾਟਾ ਪੇਸ ਖੁੱਲ ਜਾਗਾ ਤੇ ਸਾਰੀ ਡੀਟੇਲ ਵਾ ਦੱਸੀ ਹੋਈ ਹੈ ਲਾਸਟ ਫਿਲਿੰਗ ਕੀ ਹੈ ਫੀਸ ਪੋਜ਼ਿਟਿਵ ਡੇਟ ਕੀ ਹੈ ਬਾਕੀ ਸਾਰੀ ਡੀਟੇਲਸ ਲਾਸਟ ਡੇਟ ਆਫ ਸਬਮਿਟਿੰਗ ਦਾ ਹਾਰਡ ਕਾਪੀ ਆਫ ਦਾ ਅਪਲੀਕੇਸ਼ਨ ਫਾਰਮ ਅਲੋਂਗ ਵਿਦ 셀ਫ ਅਟੈਰਡ ਕਾਪੀ ਆਫ ਠੀਕ ਹੈ ਸਰਟੀਫਿਕੇਟ ਇਹ ਤੁਸੀਂ ਕੁਝ ਨਹੀਂ ਭੇਜਣਾ ਨਾ ਨਾਟ ਐਪਲੀਕੇਬਲ ਦੱਸਿਆ ਹੋਇਆ ਇਹਨਾਂ ਨੇ ਕੋਈ ਵੀ ਹੈਲਪ ਲੈਣੀ ਹੈ ਤੁਸੀਂ ਇਹ ਨੰਬਰ ਸੇ ਕੰਟੈਕਟ ਕਰ ਸਕਦੇ ਹੋ ਜਿੱਨਾਂ ਦਾ ਰਿਸਪਾਂਸ ਕਦੀ ਨਹੀਂ ਆਂਦਾ ਜੀ ਉਸ ਤੋਂ ਬਾਅਦ ਅਪਲਾਈ ਆਨਲਾਈਨ ਕਰਨਾ ਹੈ ਤੁਸੀਂ ਇੱਥੇ ਕਲਿੱਕ ਕਰ ਦੇਣਾ ਅਪਲਾਈ ਆਨਲਾਈਨ ਜੇ ਤੁਸੀਂ ਇੱਥੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਇੱਕ ਬਲੈਂਕ ਫਾਰਮ ਓਪਨ ਹੋ ਜਾਊਗਾ ਜਿੱਥੇ ਤੁਸੀਂ ਸਭ ਤੋਂ ਪਹਿਲੇ ਇੱਥੇ ਆਪਣੀ ਪੋਸਟ ਚੂਜ਼ ਕਰਨੀ ਹੈ ਕਿਹੜੀ ਪੋਸਟ ਵਾਸਤੇ ਅਪਲਾਈ ਕਰਨਾ ਹੈ ਉਸ ਤੋਂ ਬਾਅਦ نیچے ਤੁਸੀਂ ਆਪਣਾ ਨਾਮ ਦੇਣਾ ਹੈ ਕੈਂਡੀਡੇਟ ਦਾ ਨਾਮ ਕੀ ਹੈ ਉਸ ਤੋਂ ਬਾਅਦ ਫਾਦਰ ਸਾਹਿਬ ਦਾ ਨਾਮ ਦੇਣਾ ਹੈ ਉਸ ਤੋਂ ਬਾਅਦ ਮਾਤਾ ਜੀ ਦਾ ਨਾਮ ਦੇਣਾ ਤੁਸੀਂ ਉਸ ਤੋਂ ਬਾਅਦ ਤੁਸੀਂ ਆਪਣੀ ਦੇਣੀ ਹੈ ਜੀ ਡੇਟ ਆਫ ਬਰਥ ਇੱਕ ਮੈਂ ਚੀਜ਼ ਨੂੰ ਬਾਰ-ਬਾਰ ਕਹਿ ਰਿਹਾ ਫਾਰਮ ਦੇ ਵਿੱਚ ਕੋਈ ਵੀ ਗਲਤੀ ਨਾ ਕਰਿਓ ਅਗਰ ਗਲਤੀ ਹੋ ਜਾਂਦੀ ਹੈ ਬਾਈ ਚਾਂਸ ਇੱਕੋ ਕਾਮਨ ਜੀ ਗੱਲ ਹੈ ਗਲਤੀ ਹੋ ਜਾਂਦੀ ਹੈ ਤੁਸੀਂ ਫੀਸ ਪੇ ਨਹੀਂ ਕਰਨੀ ਤੁਸੀਂ ਡਾਇਰੈਕਟਲੀ ਸੱਜਣਾ ਕੰਟੈਕਟ ਕਰਨਾ ਹੈ ਉਹਦਾ ਸੋਲੂਸ਼ਨ ਕੀ ਹੈ ਉਹ ਆਪਾਂ ਬਾਕੀ ਮੈਂ ਤੁਹਾਨੂੰ ਪ੍ਰੋਵਾਈਡ ਕਰ ਦੂੰਗਾ WhatsApp ਤੇ ਠੀਕ ਹੈ ਜੀ ਡੇਟ ਆਫ ਬਰਥ ਹੋਗੀ ਤੁਸੀਂ ਆਪਣਾ ਇੱਥੇ ਜੈਂਡਰ ਚੂਜ਼ ਕਰਨਾ ਹੈ ਇਹ ਸਟਾਡੀ ਆਟੋਮੈਟਿਕ ਆ ਜਾਊਗੀ ਆਪਣਾ ਮਾਰਟੀਕਲ ਸਿਟਰ ਚੂਜ਼ ਕਰਨਾ ਤੁਸੀਂ ਉਸ ਤੋਂ ਬਾਅਦ ਤੁਸੀਂ ਈਮੇਲ ਆਈਡੀ ਚੂਜ਼ ਕਰਨੀ ਹੈ ਆਪਣੀ ਇਹ ਡਿਟੇਲ ਬੜੇ ਹੀ ਧਿਆਨ ਨਾਲ ਫਿਲ ਕਰਨੀਆਂ ਉਸ ਤੋਂ ਬਾਅਦ ਤੁਸੀਂ ਆਪਣਾ ਐਡਰੈਸ ਦੇਣਾ ਤੁਸੀਂ ਕਿਹੜੀ ਡਿਸਟ੍ਰਿਕਟ ਤੋਂ ਬਿਲੋਂਗ ਕਰਦੇ ਹੋ ਉਹ ਤੁਸੀਂ ਇੱਥੇ ਫਿਲ ਕਰ ਦੇਣਾ ਠੀਕ ਹੈ ਜੀ ਆਹ ਕੰਟੈਕਟ ਨੰਬਰ ਹੈ ਤੁਸੀਂ ਮੈਨੂੰ ਇੱਥੇ ਵਟਸਐਪ ਤੇ ਗੱਲਬਾਤ ਕਰ ਸਕਦੇ ਹੋ ਤੁਹਾਡਾ ਕੋਰਸਪੋਂਡੈਂਸ ਅਤੇ ਪਰਮੈਂਟਡ ਦਾ ਸੇਮ ਹੈ ਤੁਸੀਂ ਚੈੱਕ ਬਾਕਸ ਤੇ ਕਲਿੱਕ ਕਰ ਦੇਣਾ ਤੁਹਾਡੇ ਦੋਨੇ ਬਾਕਸਸ ਵਿੱਚ ਐਡਰੈਸ ਸੇਮ ਆ ਜਾਊਗਾ ਨੈਸਟੈਨਿਟੀ ਤੁਸੀਂ ਚੂਜ਼ ਕਰਨੀ ਹੈ ਡੋਮਿਸਾਈਲ ਪੰਜਾਬ ਦੇ ਹੋ ਜਾਂ ਨਹੀਂ ਹੋ ਚੂਜ਼ ਕਰਨਾ ਉਸ ਤੋਂ ਬਾਅਦ ਕੈਟਾਗਰੀ ਕੈਟਾਗਰੀ ਬੜੇ ਧਿਆਨ ਨਾਲ ਚੂਜ਼ ਕਰਨੀ ਹੈ ਬਿਕਾਜ਼ ਇਹਦੇ ਅਕੋਰਡਿੰਗ ਹੀ ਤੁਹਾਡੀ ਫੀਸ ਹੋਊਗੀ ਆਪਾਂ ਜਨਰਲ ਚੂਜ਼ ਕਰਦੇ ਹਾਂ ਏਜ ਰੈਲੈਕਸ਼ਨ ਦੀ ਕੈਟਾਗਰੀ ਜ਼ਰੂਰੀ ਨਹੀਂ ਹੈ ਨਾ ਵੀ ਫਿਲ ਕਰੋ ਚੱਲੂਗਾ ਬਿਕਾਜ਼ ਜਿੱਥੇ ਸਟਾਰ ਲੱਗਿਆ ਹੋਇਆ ਉਹ ਫੀਲ ਨੈਕਸਟ ਜਿਹੜੀ ਡਿਟੇਲ ਹੈ ਉਹ ਹੈ ਜੀ ਤੁਹਾਡੀ ਇੱਥੇ ਕਿ ਤੁਸੀਂ ਕੋਈ ਡਿਸੇਬਿਲਟੀ ਤਾਂ ਨਹੀਂ ਇੱਕ ਸਰਵਿਸਮੈਨ ਕੋਟੇ ਤੋਂ ਬਿਲੋਂਗ ਤਾਂ ਨਹੀਂ ਕਰਦੇ ਅਗਰ ਹੋ ਤਾਂ ਤੁਸੀਂ ਉਹਦੇ ਅਕੋਰਡਿੰਗ ਚੂਜ਼ ਕਰ ਦੇਣਾ ਉਸ ਤੋਂ ਬਾਅਦ ਤੁਹਾਡੀ 10th ਡਿਟੇਲ ਚਾਹੀਦੀ ਹੈ 10th ਕਿਹੜੇ ਸਾਲ ਚੋਂ ਕੀਤੀ ਕਿਹੜੇ ਬੋਰਡ ਤੋਂ ਕੀਤੀ ਅਤੇ ਕਿੰਨੇ ਪਰਸੈਂਟ ਮਾਰਕਸ ਸੀਗੇ ਉਸ ਤੋਂ ਬਾਅਦ ਗ੍ਰੈਜੂਏਸ਼ਨ ਵਿੱਚ ਤੁਸੀਂ ਦੋ ਚੀਜ਼ਾਂ ਚੂਜ਼ ਕਰਨੀਆਂ ਡਿਪਲੋਮਾ ਤੇ ਹਾਇਰ ਕੁਆਲੀਫਿਕੇਸ਼ਨ ਸਭ ਤੋਂ ਪਹਿਲੇ ਇੱਥੇ ਆਪਾਂ ਚੂਜ਼ ਕਰਦੇ ਹਾਂ ਡਿਪਲੋਮਾ ਠੀਕ ਹੈ ਜੀ ਡਿਪਲੋਮਾ ਤੁਸੀਂ ਕਾਦਾ ਕੀਤਾ ਇੱਥੇ ਸਾਡਾ ਆਟੋਮੈਟਿਕ ਆਊਗਾ ਇੱਕ ਵਾਰ ਇਹਨੂੰ ਆਪਾਂ ਅਪਡੇਟ ਕਰ ਲੈਣੇ ਪਹਿਲੇ ਹਾਇਰ ਕੁਆਲੀਫਿਕੇਸ਼ਨ ਕਰ ਲੋ ਫਿਰ ਇਥੋਂ ਡਿਪਲੋਮਾ ਕਰ ਲੋ ਠੀਕ ਹੈ ਇੱਥੇ ਤੁਹਾਡਾ ਆਟੋਮੈਟਿਕ ਆ ਜਾਂਦਾ ਡਿਪਲੋਮਾ ਤੁਸੀਂ ਕਾਹਦਾ ਕੀਤਾ ਹੋਇਆ ਚਲੋ ਆਪਾਂ ਪਹਿਲੇ ਹਾਇਰ ਕੁਆਲੀਫਿਕੇਸ਼ਨ ਕਰ ਲੈਂਦੇ ਆ ਇੱਥੋਂ ਹਾਇਰ ਕੁਆਲੀਫਿਕੇਸ਼ਨ ਵੀ ਨਹੀਂ ਆ ਰਹੀ ਚਲੋ ਇੱਕ ਵਾਰ ਪਰ ਡਾਇਰੈਕਟਲੀ ਫਿਲ ਕਰਦੇ ਆ ਕਿਹੜੇ ਸਾਲਸ ਕੀਤਾ ਸੀ ਉਹ ਤੁਸੀਂ ਫਿਲ ਕਰ ਦੇਣਾ ਸੀ ਕਿਹਦੇ ਵਿੱਚ ਕੀਤਾ ਸੀ ਉਹ ਤੁਸੀਂ ਇੱਥੇ ਯੂਨੀਵਰਸਿਟੀ ਬੋਰਡ ਫਿਲ ਕਰ ਦੇਣਾ ਕਿੰਨੇ ਪਰਸੈਂਟ ਮਾਰਕਸ ਸੀਗੇ ਠੀਕ ਹੈ ਅਗਰ ਕੋਈ ਐਕਸਪੀਰੀਅੰਸ ਹੈ ਠੀਕ ਹੈ ਨਹੀਂ ਤਾਂ ਐਡ ਕਰ ਦੇਣਾ ਆ ਦੇਖੋ ਇੱਥੇ ਡਿਗਰੀ ਰਿਕੁਆਇਰਡ ਬੈਕਐਂਡ ਤੋਂ ਇਸ਼ੂ ਆ ਦੇਖੋ ਡਿਗਰੀ ਠੀਕ ਹੈ ਸੋ ਇੱਕ ਵਾਰ ਫਿਰ ਆਪਾਂ ਦੇਖੋ ਅਗਰ ਇਦਾਂ ਨਾ ਹੀ ਆਏ ਥੇ ਤੁਸੀਂ ਕੀ ਕਰਨਾ ਇੱਕ ਵਾਰ ਇਥੋਂ ਕੈਟਾਗਰੀ ਅਪਡੇਟ ਕਰ ਲੈਣੀ ਹੈ ਠੀਕ ਹੈ ਉਸ ਤੋਂ ਬਾਅਦ ਫਿਰ ਤੁਸੀਂ ਇਥੋਂ ਕੈਟਾਗਰੀ ਅਪਡੇਟ ਕਰ ਲੈਣੀ ਹੈ ਠੀਕ ਹੈ ਫਾਰਮ ਦੇ ਵਿੱਚ ਕੀ ਵਾਰ ਇਹਦਾ ਹੋ ਜਾਂਦਾ ਹੈ ਸਾਈਟ ਇਸ਼ੂ ਵੀ ਹੋ ਜਾਂਦਾ ਆਪਾਂ ਅਪਡੇਟ ਹੋ ਗਿਆ ਫਾਰਮ ਓਕੇ ਫਿਰ نیچے ਜਾਣਾ ਤੁਸੀਂ ਫੀਸ ਜਨਰਲ ਦੀ 500 ਹੈ ਤੁਹਾਨੂੰ ਪਤਾ ਹੈ ਫੀਸ ਵਾਰਾਂ ਘਟ ਗਈਆਂ ਸੀ ਡਿਪਲੋਮਾ ਤੁਸੀਂ ਫਿਰ ਚੂਜ਼ ਕਰਨਾ ਹੈ ਇੱਥੇ ਆ ਦੇਖੋ ਫਿਰ ਨਹੀਂ ਆ ਰਿਹਾ ਹਾਇਰ ਕੁਆਲਿਫਿਕੇਸ਼ਨ ਠੀਕ ਹੈ ਜੀ ਇੱਥੇ ਫੇਰ ਨਹੀਂ ਆ ਰਿਹਾ 댓 ਮੀਨਸ ਕਿ ਸਾਈਡ ਦਾ ਇਸ਼ੂ ਹੈ ਅਗਰ ਤੁਹਾਡੇ ਵੀ ਨਹੀਂ ਆ ਰਿਹਾ 댓 ਮੀਨਸ ਕਿ ਸਾਈਡ ਦਾ ਇਸ਼ੂ ਹੈ ਉੱਥੇ ਜਿਹੜੀ ਡਿਟੇਲ ਹੈ ਤੁਸੀਂ ਉਹਨਾਂ ਨਾਲ ਕੰਟੈਕਟ ਕਰਕੇ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਰਾ ਲੈਣਾ ਬੈਕਐਂਡ ਇਸ਼ੂ ਹੈ ਠੀਕ ਹੈ ਜੀ ਆ ਦੇਖੋ ਨਹੀਂ ਤਾਂ ਇੱਥੇ ਜਿਹੜੇ ਕਰਦੇ ਆ ਦੇਖੋ ਪੂਰਾ ਪੇਜ ਰੀਫਰੈਸ਼ ਹੋਇਆ ਠੀਕ ਹੈ ਲੇਕਿਨ ਸਾਡੀ ਇੱਥੇ ਡਿਟੇਲ ਰੀਫਰੈਸ਼ ਨਹੀਂ ਹੋਈ 댓 ਮੀਨਸ ਬੈਕਐਂਡ ਦਾ ਇਸ਼ੂ ਹੈ ਹੁਣ ਤੁਸੀਂ ਕਰਨਾ ਹੈ ਸਾਰੀ ਡਿਟੇਲ ਇੱਥੇ ਐਡ ਕਰਕੇ ਡਿਪਲੋਮਾ ਅਤੇ ਜਿਹੜੀ ਤੁਹਾਡੀ ਇੱਥੇ ਹਾਇਰ ਕੁਆਲੀਫਿਕੇਸ਼ਨ ਐਡ ਕਰ ਉਸ ਤੋਂ ਬਾਅਦ ਤੁਸੀਂ ਪੰਜਾਬੀ ਲੈਂਗੁਏਜ ਜਾਨਦੇ ਹੋ ਇਕਵੈਲੈਂਟ ਸਟੈਂਡਰਡ ਵਿੱਚ ਪਾਸ ਕੀਤੀ ਹੈ ਤੁਸੀਂ ਉਸ ਅਕੋਰਡਿੰਗ Yes No ਕਰ ਦੇਣਾ ਆਈਓਐ ਸਿਕ ਮਾਈਗ੍ਰੈਂਟ ਉਸ ਦੇ ਅਕੋਰਡਿੰਗ ਕਰ ਦੇਣਾ ਅਗਰ ਗਵਰਨਮੈਂਟ EMPLOYEE ਹੋ Yes ਕਰਕੇ ਤੁਸੀਂ ਬਾਕੀ ਜੋ ਡੀਟੇਲ ਮੰਗਦੇ ਉਹ ਕਰ ਦੇਣਾ ਤੁਸੀਂ ਪਹਿਲੇ ਤੋਂ ਹੀ ਡਿਸਕਵালিਫਾਈ ਹੋਏ ਹੋ ਪੀਪੀਆਸੀ ਤੋਂ ਉਹ ਦੇ ਅਕੋਰਡਿੰਗ Yes No ਕਰ ਦੇਣਾ ਕਿ ਤੁਹਾਡੇ ਤੇ ਕ੍ਰਿਮੀਨਲ ਕੋਰਟ ਕੇਸ ਵੈਰਾ ਤਾਂ ਨਹੀਂ ਚੱਲਿਆ ਹਾ ਉਹ ਦੇ ਅਕੋਰਡਿੰਗ ਤੁਸੀਂ Yes No ਕਰ ਲੈਣਾ ਉਸ ਤੋਂ ਬਾਅਦ ਉਸੇ ਆਪਣੀ ਫੋਟੋ ਚੂਜ਼ ਕਰਨੀ ਹੈ ਠੀਕ ਹੈ ਜਿੱਥੇ ਤੁਹਾਡੀਆਂ ਫੋਟੋਆਂ ਪਈਆਂ ਤੁਸੀਂ ਉੱਥੇ ਆਪਣੀ ਫੋਟੋ ਦਾ ਸਾਈਜ਼ ਵੈਰਾ ਸੈੱਟ ਕਰਕੇ ਉਹਨੂੰ ਕਲਿੱਕ ਕਰ ਲੈ ਸਿਗਨੇਚਰ ਨੂੰ ਵੀ ਤੁਸੀਂ ਇੱਥੋਂ ਚੂਜ਼ ਕਰਨਾ ਹੈ ਸਿਗਨੇਚਰ ਅਤੇ ਤੁਹਾਡੀ ਜਿਹੜੇ ਇੱਥੇ ਹੈਗੇ ਆ ਆਪਣਾ ਫੋਟੋ ਉਹਨਾਂ ਦਾ ਇੱਕ ਸਾਈਜ਼ ਹੈ ਸਾਈਜ਼ ਤੁਸੀਂ ਇੱਥੇ ਦੇਖ ਵੀ ਸਕਦੇ ਹੋ ਮੈਂ ਤੁਹਾਨੂੰ ਸ਼ੋਅ ਕਰ ਦਿੰਦਾ 10 ਤੋਂ 40 KB ਦੇ ਵਿਚਕਾਰ ਹੋਣਾ ਚਾਹੀਦਾ ਇੱਕ ਵਾਰ ਫਿਰ ਆਪਾਂ ਸਿਗਨੇਚਰ ਚੂਜ਼ ਕਰ ਲੈਨੇ ਅਪਲੋਡ ਠੀਕ ਹੈ ਜੀ ਇੱਥੇ ਅਪਲੋਡ ਨਹੀਂ ਹੋਏ ਡੈਟ ਮੀਨਸ ਕਿ ਇਹ ਸਾਈਜ਼ ਛੋਟਾ ਉਹਨਾਂ ਤੋਂ ਹੀ ਹੋ ਗਿਆ ਇੱਥੇ ਆ ਦੇਖੋ ਉਸ ਤੋਂ ਬਾਅਦ ਤੁਸੀਂ ਇੱਥੇ ਆਫਲਾਈਨ ਮੋਡ ਆਨਲਾਈਨ ਮੋਡ ਚੂਜ਼ ਕਰਨਾ ਹੈ ਇੱਕ ਵਾਰ ਇਹਨੂੰ ਆਪਾਂ ਕਰਕੇ ਦਿਖਲਾਨੇ ਇਹਨਾਂ ਦੀ ਫੀਸ ਆਲਰੇਡੀ ਤੁਹਾਡੀ ਆਫਲਾਈਨ ਹੀ ਹੁੰਦੀ ਆ ਔਨਲਾਈਨ ਫੀਸ ਨਹੀਂ ਹੁੰਦੀ ਇਹਨਾਂ ਦੀ ਉਸ ਤੋਂ ਬਾਅਦ ਤੁਸੀਂ ਪਾਸਵਰਡ ਚੂਜ਼ ਕਰ ਲੈਣਾ ਹੈ ਪਾਸਵਰਡ ਵੀ ਬੜੇ ਧਿਆਨ ਨਾਲ ਚੂਜ਼ ਕਰਨਾ ਹੈ ਪਾਸਵਰਡ ਦੇ ਵਿੱਚ ਤੁਹਾਡੇ ਤਿੰਨ ਚੀਜ਼ਾਂ ਦਾ ਕੰਬੀਨੇਸ਼ਨ ਹੋਣਾ ਚਾਹੀਦਾ স্মਲ ਕੈਪੀਟਲ ਅਤੇ ਸਪੈਸ਼ਲ ਕਰੈਕਟਰਸ ਉਸ ਤੋਂ ਬਾਅਦ ਸਬਮਿਟ ਕਰ ਦੇਣਾ ਹੈ ਓਕੇ ਕਰ ਦੇਣਾ ਸਾਡੀ ਡੀਟੇਲ ਨਹੀਂ ਫਿਲ ਹੋ ਸਕ ਕੇ ਐਰਰ ਆ ਗਿਆ ਦੇਖੋ ਐਂਟਰ ਕੁਆਲੀਫਿਕੇਸ਼ਨ ਡੀਟੇਲਸ ਓਕੇ ਹੁਣ ਇੱਥੇ ਦੇਖੋ ਇਹ ਐਰਰ ਇੱਥੋਂ ਆ ਰਿਹਾ ਆ ਦੇਖੋ ਇੱਥੇ ਆਪਾਂ ਇਹ ਕਰਦੇ ਹਾਂ ਹਾਇਰ ਕੁਆਲੀਫਿਕੇਸ਼ਨ ਦੇਖੋ ਪੇਜ ਰਿਫਰੈਸ਼ ਹੋਇਆ ਲੇਕਿਨ ਇੱਥੇ ਆ ਚੀਜ਼ ਨਹੀਂ ਆਈ ਇਹ ਹੁਣ ਠੀਕ ਹੈ ਇਹ ਹਲੇ ਅੱਜ ਹੀ ਲਿੰਕ ਇਹਨਾਂ ਨੇ ਇਨੇਬਲ ਕੀਤੇ ਆ ਠੀਕ ਹੈ ਤੁਸੀਂ ਦੇਖ ਵੀ ਸਕਦੇ ਹੋ ਐਸਨ ਐਸ ਪੋਸੀਬਲ ਇਹਨਾਂ ਨੇ ਲਿੰਕ ਜਿਹੜੇ ਬੈਕਐਂਡ ਤੋਂ ਠੀਕ ਕਰ ਦੇਣੇ ਆ ਉਸ ਤੋਂ ਬਾਅਦ ਤੁਸੀਂ ਫਰਦਰ ਅੱਗੇ ਪ੍ਰੋਸੀਡ ਕਰ ਸਕਦੇ ਹੋ ਉਸ ਤੋਂ ਅਗਲਾ ਮੈਂ ਤੁਹਾਨੂੰ ਪ੍ਰੋਸੈਸ ਦੱਸ ਦਿੰਦਾ ਜਦੋਂ ਤੁਸੀਂ ਸਬਮਿਟ ਤੇ ਕਲਿੱਕ ਕਰੋਗੇ ਨੈਕਸਨ ਉਹ ਇੱਕ ਇਹਨਾਂ ਦਾ ਇੱਕ ਰੈਸ਼ਨਲ ਨੰਬਰ ਮਿਲੂਗਾ ਉਹ ਤੁਸੀਂ ਲਿਖ ਲੈਣਾ ਡੇਟ ਆਫ ਬਰਥ ਵੈਰਾ ਤੁਹਾਨੂੰ ਪਤਾ ਹੀ ਹੈ ਉਸ ਤੋਂ ਬਾਅਦ ਡਾਇਰੈਕਟਡਾ ਚਲਾਨ ਆਊਗਾ ਚਲਾਨ ਦੇ ਥਰੂ ਤੁਸੀਂ ਆਪਣਾ ਚਲਾਨ ਵੈਰਾ ਪ੍ਰਿੰਟ ਕਰ ਲੈਣਾ ਤੇ ਉਹਨੂੰ ਬੈਂਕ ਦੇ ਵਿੱਚ ਅਪਡੇਟ ਕਰ ਦੇਣਾ ਪੇ ਕਰ ਦੇਣਾ ਉਸ ਤੋਂ ਬਾਅਦ 48 ਘੰਟਿਆਂ ਬਾਅਦ ਇਹਨਾਂ ਨੂੰ ਫੀਸ ਅਪਡੇਟ ਹੋ ਜਾਂਦੀ ਹੈ ਬਸ ਤੁਸੀਂ ਆਪਣਾ ਐਪਲੀਕੇਸ਼ਨ ਫਾਰਮ ਡਾਊਨਲੋਡ ਕਰ ਲੈਣਾ ਹੈ ਸੋ ਇਹ ਸੀ ਪੂਰਾ ਪ੍ਰੋਸੈਸ ਇਸ ਨੂੰ ਕਰਨ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆਂਦੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਸਾਨੂੰ ਪੁੱਛ ਸਕਦੇ ਹੋ ਸੋ ਥੈਂਕ ਯੂ ਫਰੈਂਡਸ ਫੋਰ ਵਾਚਿੰਗ ਦਿਸ ਵੀਡੀਓ ਐਂਡ ਫੋਰ ਯਰ ਵੈਲਿਊਅਬਲ ਟਾਈਮ